ਕਿਹਾ ਕਹਿੰਦਾ ਇਹ ਕੁੱਤਾ ਕੱਟਦਾ ਹੈ ਜੀ ਅਸੀਂ ਥੋੜਾ ਜਿਹਾ ਗੱਡੀ ਦੇ ਨਾਲ ਹੋਏ ਆ ਨਾਲ ਹੀ ਉਹਨੇ ਪਿੱਛੋਂ ਦੀ ਮੇਰੇ 'ਚ ਪੱਟਾ ਮਾਰਿਆ ਦੰਦ ਮਾਰ ਕੇ ਖਾ ਹੀ ਗਿਆ ਸਭ ਹਟਾਉਂਦੇ ਨੇ ਉਹਦਾ ਆਪਣੇ ਦੁੱਧ ਦਾ ਢੱਕਣ ਲਾ ਕੇ ਢੋਲਦਾ ਅਤੇ ਉਹਨੇ ਉੱਤੇ ਮਾਰਿਆ ਵੀ ਆ ਉਹ ਜਿਹਦੇ ਕੋਲ ਵੀ ਸੁਣੋ ਉਸ ਗਲੀ 'ਚ ਫਲਾਣੇ ਨੂੰ ਕੱਟੀ ਜਾਂਦਾ ਜੀ ਉਹਦੇ 'ਚ ਕੱਟੀ ਜਾਂਦਾ ਜਲੰਧਰ ਦੇ ਵਿੱਚ ਕੁੱਤਿਆਂ ਨੇ ਬੁਰੇ ਤਰੀਕੇ ਦੇ ਨਾਲ ਕਹਿਰ ਮਚਾ ਕੇ ਰੱਖ ਦਿੱਤਾ ਇੱਕੋ ਦਿਨ ਦੇ ਵਿੱਚ ਦੋ ਸੀਸੀਟੀਵੀ ਅਸੀਂ ਤੁਹਾਡੇ ਨਾਲ ਸਕਰੀਨ 'ਤੇ ਸ਼ੇਅਰ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਇੱਕ ਪਾਸੇ ਸਕਰੀਨ ਦੇ ਵਿੱਚ ਇੱਕ ਬਜ਼ੁਰਗ ਔਰਤ ਨੂੰ ਠੁਟਕੇ ਕੁੱਤੇ ਪੈ ਜਾਂਦੇ ਨੇ ਅਤੇ ਉਹਨਾਂ ਨੂੰ ਬੁਰੇ ਤਰੀਕੇ ਨਾਲ ਜ਼ਖਮੀ ਕਰ ਦਿੰਦੇ ਨੇ ਲਹੂ ਲੁਹਾਨ ਕਰ ਦਿੰਦੇ ਨੇ ਬੁਰਕ ਮਾਰ ਦਿੰਦੇ ਨੇ ਅਤੇ ਦੂਜੇ ਪਾਸੇ ਸੀਸੀਟੀਵੀ 'ਚ ਤੁਸੀਂ ਵੇਖ ਰਹੇ ਹੋ ਇੱਕ ਦੂਜੀ ਜਗ੍ਹਾ 'ਤੇ ਵੀ ਇੱਕ ਸ਼ਖਸ ਦੇ ਵੱਲੋਂ ਕੁੱਤੇ ਨੂੰ ਭਜਾਉਣ ਦੇ ਲਈ ਲਾਠੀ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਅਵਾਰਾ ਕੁੱਤੇ ਨੇ ਜਿਹੜੇ ਉਹਨਾਂ ਨੇ ਕਹਿਰ ਮਚਾ ਕੇ ਰੱਖ ਦਿੱਤਾ ਜਲੰਧਰ ਸ਼ਹਿਰ ਦੇ ਵਿੱਚ 30 ਦਿਨ ਹੀ ਅਜਿਹੀਆਂ ਖਬਰਾਂ ਵੇਖਣ ਨੂੰ ਮਿਲ ਰਹੀਆਂ ਨੇ ਮੈਂ ਜੀ ਆਪਣੀ ਗਲੀ ਵਿੱਚ ਸਿਰਫ ਜੋਤ ਜਗਾ ਕੇ ਮੰਦਰੋਂ ਨਿਕਲੀ ਹਾਂ ਸਾਡਾ ਘਰ ਸਾਹਮਣੇ ਹੀ ਹੈ ਮੰਦਰ ਦੇ ਬਸ ਉਹਦੇ ਵਿੱਚ ਵਿੱਚ ਹੀ ਆਪਣਾ ਨਾ ਇਹਨਾਂ ਨੇ ਸਾਨੂੰ ਅਸੀਂ ਦੋ ਜਣਾਨੀਆਂ ਗੱਲਾਂ ਕਰਨ ਲੱਗ ਗਈਆਂ ਅਤੇ ਇੱਕ ਦੁੱਧ ਵਾਲਾ ਆ ਗਿਆ ਦੋਧੀ ਉਹਨੇ ਕਿਹਾ ਕਹਿੰਦਾ ਇਹ ਕੁੱਤਾ ਕੱਟਦਾ ਹੈ ਜੀ ਅਸੀਂ ਥੋੜ੍ਹਾ ਜਿਹਾ ਗੱਡੀ ਦੇ ਨਾਲ ਹੋਏ ਹਾਂ ਨਾਲ ਹੀ ਉਹਨੇ ਪਿੱਛੋਂ ਦੀ ਮੇਰੇ 'ਚ ਪੱਟਾ ਮਾਰਿਆ ਔਰ ਮੇਰੀਆਂ ਬਾਹਵਾਂ ਨਾਲ ਲਟਕ ਕੇ ਐਡੇ ਐਡੇ ਵੱਡੀ ਮਤਲਬ ਵੀ ਦੰਦ ਮਾਰ ਕੇ ਖਾ ਹੀ ਗਿਆ ਸਭ ਹਟਾਉਂਦੇ ਰਹੇ ਉਹ ਜਿਹੜੇ ਗੱਡੀ ਠੀਕ ਕਰਦੇ ਸੀ ਉਹਨਾਂ ਨੇ ਪਲਾਸ ਵੀ ਉਹਨੂੰ ਮਾਰਿਆ ਉਹ ਦੁੱਧ ਵਾਲੇ ਢੋਲੀ ਨੇ ਉਹਦਾ ਆਪਣੇ ਦੁੱਧ ਦਾ ਢੱਕਣ ਲਾ ਕੇ ਢੋਲਦਾ ਅਤੇ ਉਹਨੇ ਉੱਤੇ ਮਾਰਿਆ ਵੀ ਆ ਉਹ ਹਟਿਆ ਹੀ ਨਹੀਂ ਭਾਬੀ ਇਹ ਗੱਲ ਕਿੱਥੇ ਦੀ ਹੈ ਇਹ ਸ਼ਨੀਵਾਰ ਜੀ ਸ਼ਾਮ ਨੂੰ 8:30 ਵਜੇ ਦੀ ਗੱਲ ਇਹ ਕੱਟਿਆ ਕਿੱਥੇ ਕਿਹੜੀ ਜਗ੍ਹਾ ਕੱਟਿਆ ਇਹ ਆਪਣੀ ਸਾਡੀ ਗਲੀ 'ਚ ਗਲੀ 'ਚ ਏਰੀਆ ਨਾਮ ਦੱਸਿਓ ਕੀਰਤੀ ਨਗਰ ਜੀ ਲੱਡੂ ਵਾਲੀ ਤਾਂ ਆਪਣੇ ਹੋਰ ਕਿੰਨੇ ਜਣਿਆਂ ਨੂੰ ਕੱਟ ਦਿੱਤਾ ਇਹਨੇ ਹੋਰ ਵੀ ਮਤਲਬ ਵੀ ਜਿਹੜੇ ਜਿਹਦੇ ਕੋਲ ਵੀ ਸੁਣੋ ਉਸ ਗਲੀ 'ਚ ਫਲਾਣੇ ਨੂੰ ਕੱਟੀ ਜਾਂਦਾ ਜੀ ਉਹਦੇ 'ਚ ਕੱਟੀ ਜਾਂਦਾ ਇਹਦੀ ਸੁਣਵਾਈ ਨਹੀਂ ਕਰਦੇ ਨਾ ਕੌਂਸਲਰ ਸਾਹਿਬ ਸੁਣਦੇ ਹੈਗੇ ਜਲੰਧਰ ਤੋਂ ਸੰਦੀਪ ਕੌਲ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ